ਸੀ ਹਰਜੋਤ ਬੈਂਸ ਵੀ ਸਾਡੇ ਨਾਲ ਨੇ ਉਹਨਾਂ ਦੇ ਨਾਲ ਵੀ ਕਰਾਂਗੇ ਬੈਂਸ ਜਿਸ ਤਰੀਕੇ ਦੇ ਇਲਜ਼ਾਮ ਕੇਂਦਰ ਤੇ ਲਗਾਏ ਜਾ ਰਹੇ ਨੇ ਕਿ ਸੀਬੀਆਈ ਦਾ ਗਲਤ ਉਪਯੋਗ ਕੀਤਾ ਜਾ ਰਿਹਾ ਅਜਿਹੇ ਇਲਜ਼ਾਮ ਪੰਜਾਬ ਸਰਕਾਰ ਤੇ ਵੀ ਲੱਗੇ ਨੇ ਕਿ ਵਿਜੀਲੈਂਸ ਦਾ ਗਲਤ ਉਪਯੋਗ ਕੀਤਾ ਜਾ ਰਿਹਾ ਕਿਹਦੇ ਤੇ ਗਲਤ ਉਪਯੋਗ ਕੀਤਾ ਸਾਧੂ ਸਿੰਘ ਧਰਮਸੋਤ ਤੇ ਗਲਤ ਉਪਯੋਗ ਕੀਤਾ ਕਿਹੜੇ ਮਹੱਲਾ ਕਲੀਨਿਕ ਬਣਾਏ ਧਰਮਸੋਤ ਨੇ ਕਿਹੜੇ ਸਕੂਲ ਬਣਾਏ ਧਰਮਸੋਤ ਨੇ ਭਾਰਤ ਭੂਸ਼ਣ ਆਸ਼ੂ ਤੇ ਗਲਤ ਕੀਤਾ ਜੀ ਕਿਹੜਾ ਲੁਧਿਆਣੇ ਦਾ ਇੱਕ ਸਕੂਲ ਦੱਸ ਦਿਓ ਜਿਹੜਾ ਸ਼ਾਨਦਾਰ ਹੋਵੇ ਪ੍ਰਾਈਵੇਟ ਦਾ ਕਿਹਦੇ ਤੇ ਗਲਤ ਉਪਯੋਗ ਹੋਇਆ ਜੀ ਸਕੂਲਾਂ ਦੀ ਕਿਉਂ ਆਮ ਆਦਮੀ ਪਾਰਟੀ ਦੇ ਵੱਲੋਂ ਦਿਖਾਈ ਦਿੱਤੀ ਗੱਲ ਕਰ ਰਹੇ ਆ ਜੀ ਮਿਸਾਲ ਹੈ ਕਿ ਦੱਸਣ ਅਕਾਲੀ ਭਾਜਪਾ ਵੇਲੇ 10 ਸਾਲ ਦੱਸਣ ਕਾਂਗਰਸੀ ਦੱਸਣ ਕਿਸੇ ਨੇ ਬਣਾਏ ਨਹੀਂ ਮਨੀਸ਼ ਸੋਦੀਆ ਨੇ ਬਣਾਇਆ ਸੀ ਕਵਾਂਗੇ ਇਸ ਕਰਕੇ ਜੀ ਤੇ ਕੀ ਸਕੈਮ ਕੀ ਹੈ ਜੀ ਸਕੈਮ ਦੇ ਵਿੱਚ ਇਹ ਹੁੰਦਾ ਕਿ ਹਾਂ ਕਿੰਨੇ ਦੀ ਚੋਰੀ ਹੈ ਅੱਜ ਤੱਕ ਇਹ ਨਹੀਂ ਦੱਸ ਸਕੇ ਕਿੰਨੇ ਦੀ ਚੋਰੀ ਹੈ ਰੇਡਾਂ ਮਾਰ ਲੀਆਂ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਘਰ ਚਣ ਲੈ ਦੱਸੋ ਕੀ ਲੱਭਿਆ ਬੈਂਕ ਲੋਪਰ ਲੋਕਰ ਜਿਹੜੇ ਆ ਉਹ ਖੰਗਾਲੇ ਗਏ ਉੱਥੋਂ ਨਹੀਂ ਲੱਭਿਆ ਪਿੰਡਾਂ ਦੀ ਜਾਇਦਾਦ ਖੰਗਾਲੀ ਉੱਥੋਂ ਨਹੀਂ ਲੱਭਿਆ ਰਿਸ਼ਤੇਦਾਰਾਂ ਦੇ ਬੈਂਕ ਲੋਕਰ ਰਿਸ਼ਤੇਦਾਰਾਂ ਦੀ ਜਾਇਦਾਦਾਂ ਦੋਸਤਾਂ ਦੀ ਮਿੱਤਰਾਂ ਦੀ ਕਹਿੰਦੇ ਜੇ ਫੋਨ ਬਦਲੇ ਫੋਨ ਖੰਗਾਲ ਲੈਣ ਦੱਸੋ ਕਿਹੜਾ ਮੈਸੇਜ ਹੈ ਕਿਹੜਾ ਸਕੈਮ ਹੈ ਹੀ ਕੁਛ ਨਹੀਂ ਪਰੇਸ਼ਾਨ ਕਰਨਾ ਕਿਉਂ ਕਿਉਂ ਮੋਦੀ ਨਹੀਂ ਚਾਹੁੰਦੇ ਕਿ ਦੇਸ਼ ਦੇ ਸਰਕਾਰੀ ਸਕੂਲ ਵਧੀਆ ਹੋਣ ਬੀਜੇਪੀ ਨਹੀਂ ਚਾਹੁੰਦੀ ਕਿ ਦੇਸ਼ ਦੇ ਆਮ ਲੋਕਾਂ ਨੂੰ ਗਰੀਬਾਂ ਨੂੰ ਮੁਫਤ 'ਚ ਇਲਾਜ ਮਿਲੇ ਮੁਫਤ 'ਚ ਬਿਜਲੀ ਮਿਲੇ ਉਹ ਬਿਜਲੀ ਕਿ ਉਹ ਚਾਹੁੰਦੇ ਅਦਾਨੀ ਦੀ ਬਿਜਲੀ ਮਿਲੇ ਮੁਫਤ ਬਿਜਲੀ ਨਾ ਮਿਲੇ ਮੁਫਤ ਦਾ ਇਲਾਜ ਨਾ ਮਿਲਣ ਮੁਫਤ ਦੇ ਟੈਸਟ ਨਾ ਮਿਲਣ ਗਰੀਬ ਦਾ ਬੱਚਾ ਕਿਤੇ ਵਧੀਆ ਪੜ੍ਹ ਨਾ ਜਾਵੇ ਆਹ ਤਕਲੀਫ ਹੈ ਕਿ ਅੱਜ ਦੇਸ਼ ਦੇ ਵਿੱਚ ਸਾਰੇ ਸਾਰੇ ਜਿਹੜੇ ਜਿਹੜੇ ਕੋਈ ਸਾਰੇ ਭ੍ਰਿਸ਼ਟਾਚਾਰ ਲੀਡਰ ਜਿਹੜੇ ਹੈ ਉਹ ਬਿਲਕੁਲ ਠੀਕ ਨੇ ਜਿਹੜੇ ਬਾਕੀ ਭ੍ਰਿਸ਼ਟ ਲੀਡਰ ਨੇ ਉਹ ਆਜ਼ਾਦ ਘੁੰਮਦੇ ਨੇ ਮਨੀਸ਼ ਸੋਦੀਆ ਨੇ ਕਿਹੜਾ ਸੁੱਖ ਵਿਲਾਸ ਬਣਾ ਲਿਆ ਦੱਸੋ ਬੈਂਸ ਸਾਹਿਬ ਲਗਾਤਾਰ ਸਾਰੀ ਸਰਕਾਰ ਅੱਜ ਇੱਥੇ ਬੈਠੀ ਹੋਈ ਹੈ ਮੰਤਰੀ ਵਿਧਾਇਕ ਅੱਜ ਇੱਥੇ ਬੈਠੇ ਹੋਏ ਨੇ ਪਰ ਪੰਜਾਬ ਦੇ ਵਿੱਚ ਜਿਸ ਤਰੀਕੇ ਦੀ ਕਾਨੂੰਨ ਵਿਵਸਥਾ ਡਾਵਾਡੋਲ ਹੋਈ ਹੋਈ ਹੈ ਜਿਸ ਤੁਹਾਡੇ ਕੋਲ ਜੇਲ੍ਹ ਮੰਤਰਾਲਾ ਰਿਹਾ ਜਿਸ ਤਰੀਕੇ ਦੇ ਨਾਲ ਜੇਲ੍ਹ ਦੇ ਵਿੱਚ ਬੀਤੇ ਦਿਨੀ ਮੈਂ ਜੀ ਅੱਜ ਤੁਸੀਂ ਮੇਰੇ ਕੋਲ ਦਫ਼ਤਰ 'ਚ ਆ ਜਾਓ ਉਸ 'ਤੇ ਮਿਲਣ ਅੱਜ ਮੈਂ ਮੇਰੇ ਲੀਡਰ ਵੀ ਨੇ ਮੇਰੇ ਵੱਡੇ ਭਰਾ ਵੀ ਨੇ ਮੇਰੇ ਗੁਰੂ ਵੀ ਨੇ ਅਤੇ ਉਹਨਾਂ ਮੈਂ ਕਹਿ ਸਕਦਾ ਇੱਕ ਕਾਲਾ ਦਿਨ ਹੈ ਅੱਜ ਦੇਸ਼ ਦੇ ਇਮਾਨਦਾਰ ਲੀਡਰਾਂ ਨੂੰ ਇਹ ਸਾਹਮਣਾ ਕਰਨਾ ਪੈ ਰਿਹਾ ਅਤੇ ਬੇਈਮਾਨ ਖੁੱਲ੍ਹੇ ਘੁੰਮ ਰਹੇ ਨੇ LIC ਨੂੰ SBI ਨੂੰ ਰੋਜ਼ 10 ਕਰੋੜ ਦਾ ਘੁਟਾਲਾ ਪੈ ਰਿਹਾ ਕੋਈ ਗੱਲ ਨਹੀਂ ਕਰ ਰਿਹਾ ਘਾਟਾ ਪੈ ਰਿਹਾ ਕੋਈ ਗੱਲ ਨਹੀਂ ਕਰ ਰਿਹਾ ਅਤੇ ਉਹਨਾਂ ਨੂੰ ਕੋਈ ਨੋਟਿਸ ਵੀ ਨਹੀਂ ਕੀਤਾ ਅਮੈਰੀਕਨ ਏਜੰਸੀ ਨੇ ਅਮੈਰੀਕਨ ਰਿਸਰਚ ਫਰਮ ਨੇ ਇੰਨੇ ਸੀਰੀਅਸ ਦੋਸ਼ ਲਾਏ ਘੱਟੋ ਘੱਟ ਦਿਖਾਵੇ ਲਈ ਕਰ ਲੈਂਦੇ ਅਡਾਨੀ ਦੇ ਘਰ ਕਦੋਂ ਰੇਡ ਪਈ ਉਹਦੇ ਦਫ਼ਤਰ 'ਚ ਕਦੀ ਰੇਡ ਪਈ ਨਹੀਂ ਇਹ ਤਾਂ ਮੀਡੀਆ BBC ਦੇ ਉੱਤੇ ਰੇਡ ਪੈਂਦੀ ਹੈ ਜਿਹੜਾ ਆਵਾਜ਼ ਚੱਕੂ ਉੱਤੇ ਰੇਡ ਹੈ ਜੀ ਧੰਨਵਾਦ ਬਿਲਕੁਲ ਸਾਡੇ ਨਾਲ ਮੰਤਰੀ ਹਰਜੋਤ ਬੈਂਸ ਤੇ ਚੇਤਨ ਸਿੰਘ ਜੋੜਾ ਮਾਜਰਾ ਸੀ ਉਹਨਾਂ ਨੇ ਕਿਹਾ ਕਿ ਮਨੀਸ਼ ਸਿਸੋਦੀਆ ਨੂੰ ਇਨਸਾਫ ਦਿਵਾਉਣ ਦੇ ਲਈ ਉਹ ਸੜਕਾਂ ਤੇ ਉਤਰੇ ਨੇ ਤੇ ਲੜਾਈ ਜੇਕਰ ਜਿੰਨੀ ਮਰਜ਼ੀ ਲੰਮੀ ਹੋਏ ਉਹਨਾਂ ਨੂੰ ਲੜਨੀ ਲੜਨਗੇ ਇਸੇ ਤਰ੍ਹਾਂ ਡਟੇ ਰਹਿਣਗੇ ਤੇ ਮਨੀਸ਼ ਸਿਸੋਦੀਆ ਨੂੰ ਇਨਸਾਫ ਦਿਵਾ ਕੇ ਹੀ ਜਿਹੜਾ ਹਟਣਗੇ ਕੈਮਰਾਮੈਨ ਸੰਦੀਪ ਦੇ ਨਾਲ ਸ਼ਾਲੂ ਮਿਰੋਕ ਚੰਡੀਗੜ੍ਹ